ਰੇਹੜੀ ਤੇ ਝਗੜਾ ਆਇਆ ਇਹਨਾਂ ਦਾ ਆਣ ਕੇ, ਚਮਨ ਲਾਲ ਮੁੰਡਾ ਇਹਨਾਂ ਦਾ, ਲਛਮਣ ਸਿੰਘ ਦਾ ਰੇਹੜੀ ਤੇ ਝਗੜਾ ਆਇਆ, ਝਗੜਾ ਹੁੰਦਾ ਉਹਨੂੰ ਕੁੱਟਮਾਰ ਕਰਨ ਡਿਆ ਸੀਗੇ, ਉਹ ਟੰਡੇ ਵੀ ਟੁੱਟੇ ਆ, ਝਗੜਾ ਹੁੰਦਾ ਹੁੰਦਾ ਮਗਰੋਂ ਇਹ ਵੀ ਲਛਮਣ ਸਿੰਘ ਵੀ ਮਗਰੇ ਪਿਆ ਦੇ ਇਹਨਾਂ ਦੁਕਾਨ ਵਾਲੇ ਸਾਹਮਣੇ, ਉਹਦੇ ਮਗਰ ਭੱਜੇ ਉਹਨਾਂ ਦੇ, ਅਤੇ ਭੱਜਣ ਦੇ ਕਾਰਨ ਉਹਨਾਂ ਨੇ ਗਾੜੀ ਇਹਨਾਂ ਨੂੰ ਉੱਥੇ ਵਜੋਂ ਮਗਰ ਲੱਗੇ ਤਾਂ ਉਹਨਾਂ ਨੇ ਜਾ ਗਾੜੀ ਗੋਲੀ ਚਲਾ ਦਿੱਤੀ। ਕਿੰਨੀ ਦੇਰ ਹੋਈ ਜੀ ਝਗੜਾ ਹੋਇਆ? 20 ਮਿੰਟ ਹੋਏ ਸਰ। ਕਿਹੜੀ ਜਗ੍ਹਾ ਜੀ ਇਹ? ਇਹ ਗਹਿਰੀ ਪਿੰਡ ਹੈ, ਆੜ ਝਗੜਾ ਹੈ, ਇਹ ਆ ਗਿਆ ਬਾਜ਼ਾਰ ਹੈ ਆਪਣਾ ਕਾਮੜੀ ਚੌਂਕ। ਕੌਣ ਸੀ ਉਹ ਲੋਕ ਜਿਹੜੇ ਝਗੜਾ ਕਰ ਰਹੇ ਸੀ? ਉਹ ਨਹੀਂ ਪਤਾ ਲੱਗਾ ਕੌਣ ਹੈ, ਉਹ ਹੁਣ ਇਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਨਾਲ ਝਗੜਾ ਹੋਇਆ, ਕਾਰਨ ਝਗੜਾ ਹੈ, ਹੁਣ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨੂੰ ਆਪੋ ਚੀਜ਼ ਡੈ ਲੰਡ ਹੈ, ਕਰਨ ਦਾ ਤਾਂ ਸਾਰਾ ਪਤਾ ਹੋਣਾ ਉਹਨੂੰ। ਗੋਲੀ ਵੱਜੀ ਹੋਈ ਸੀ ਉਹਦੇ? ਗੋਲੀ ਅਸੀਂ ਤਾਂ ਆਂਦੇ ਵੀ ਲੱਗੀ ਉਹਦੇ। ਕਿੰਨੇ ਜਣੇ? ਲਛਮਣ ਸਿੰਘ ਉਹਦੇ ਵਿੱਚ ਵੀਡੀਓ ਤਾਂ ਸਾਹਮਣੇ ਆਉਂਦੇ ਵੀ 4 ਜਣੇ। ਕਿੰਨੇ ਜਣਿਆਂ ਦੇ ਗੋਲੀਆਂ ਲੱਗੀਆਂ ਜੀ? ਗੋਲੀ ਤਾਂ ਲਛਮਣ ਸਿੰਘ ਦੇ ਲੱਗੀ, ਹੁਣ ਮੈਂ ਮੌਕੇ ਤੇ ਵੇਖਿਆ ਨਹੀਂ ਉਹਨੂੰ। ਗੋਲੀਆਂ ਕਿੰਨੀਆਂ ਚੱਲੀਆਂ ਕਿ ਦੱਸ ਦੇ? ਇਹ ਨਹੀਂ ਪਤਾ ਲੱਗਾ ਕਿੰਨੀਆਂ ਲੱਗੀਆਂ। ਬੰਦੇ ਕਾਤੇ ਆਏ? ਬੰਦੇ ਇੱਥੇ ਭੱਜੇ ਜਾਂਦਿਆਂ ਦੇ ਤੁਰ ਕੇ ਆਏ, ਜੋ ਮੈਨੂੰ ਇੱਥੋਂ ਲੱਗ ਪਤਾ ਲੱਗਾ ਉਹਦੇ ਵਿੱਚ ਮੁਤਾਬਕ ਤੇ ਬੰਦੇ ਆਉਂਦੇ ਤੁਰ ਕੇ ਆਏ। ਕੁਛ ਸੀਸੀਟੀਵੀ ਫੁਟੇਜ ਸਾਹਮਣੇ ਆਈ? ਸੀਸੀਟੀਵੀ ਫੁਟੇਜ ਦੇ ਕਢਾਉਣ ਨੇ, ਹੁਣੇ ਕਢਾ ਰਹੇ ਆ। ਕੀ ਕਾਰਵਾਈ ਕਰ ਰਹੇ ਤੁਸੀਂ ਮੌਕੇ ਤੇ? ਕਾਰਵਾਈ ਮੌਕੇ ਤੇ ਜੋ ਬਣਦੀ ਤੇ ਕਰ ਦਿੰਦੇ, ਬਿਆਨ ਲਿਖ ਕੇ ਪਹਿਲਾਂ ਪੜੀਆਂ ਮਾਰ ਦਿੱਤਾ ਹੁੰਦੇ ਕੀ ਕਰ? ਇਹਦਾ ਕਾਰਨ ਤਾਂ ਸਾਰਾ ਅਸੀਂ ਸਾਰਾ ਪਤਾ ਹੀ ਕੀ ਕਾਰਨ ਹੈ, ਕੋਈ ਰੰਜਿਸ਼ ਹੋ ਗਈ ਇਹਨਾਂ ਦੀ ਆਪੋ ਵਿੱਚ? ਨਹੀਂ ਨਹੀਂ, ਮੰਨ ਲਓ ਕੋਈ ਰੰਜਿਸ਼ ਹੋ ਗਈ ਤਾਂ ਇਹਨਾਂ ਨਾਲ ਝਗੜਾ ਆ ਰੇੜੀ ਕੇ ਆਣ ਕੇ। ਕੋਈ ਸਾਹਮਣੇ ਆਈ ਪੁਰਾਣੀ ਰੰਜਿਸ਼ ਜਾਂ ਕੋਈ? ਨਾ ਮੈਨੂੰ ਅਜੇ ਨਹੀਂ ਕੋਈ ਸਾਹਮਣੇ ਇਹ ਤਾਂ ਉਹ ਤੋਂ ਉਹਨਾਂ ਦਾ ਬਿਆਨ ਲਿਆ ਜਾਊਗਾ, ਉਹ ਦੱਸਣਗੇ ਕੀ ਗੱਲ ਹੋਈ ਆ। ਉਹਨਾਂ ਦੀ ਖਿਆਲ ਕਿਸ ਤਰ੍ਹਾਂ ਦੀ ਕੰਡੀਸ਼ਨ, ਜਿਨ੍ਹਾਂ ਦੇ ਗੋਲੀ ਲੱਗੀ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ? ਕੰਡੀਸ਼ਨ ਮੈਂ ਵੇਖਿਆ ਹੀ ਨਹੀਂ, ਉਹ ਤਾਂ ਸਾਡੇ ਆਉਣ ਤੋਂ ਪਹਿਲਾਂ ਲੱਗੇ। ਚਲੋ ਠੀਕ ਹੈ।